ਸੈਕਟਰੀ ਸਾਹਿਬ ਕੀ ਹੋਇਆ ਮੀਟਿੰਗਸ ਕੀ ਗੱਲਬਾਤ ਹੋਈ ਸੀਐਮ ਸਾਹਿਬ ਨੇ ਸਭ ਨੂੰ ਬੁਲਾਇਆ ਕੱਲ ਨਰਾਜ਼ਗੀ ਸੀ ਜਾਂ ਮਨਮੁਟਾਵ ਸੀਗਾ ਕੈਪਟਨ ਅਮਰਿੰਦਰ ਸਿੰਘ ਦਾ ਤੇ ਨਵਜੋਤ ਸਿੰਘ ਸੀ ਦਾ ਉਹਦੇ ਉੱਤੇ ਕੋਈ ਚਰਚਾ ਹੋਈ ਉਹ ਖਤਮ ਹੋਇਆ ਸੀਐਮ ਸਾਹਿਬ ਨੇ ਬਹੁਤ ਵੱਡਾ ਦਿਲ ਰੱਖ ਕੇ ਕਿਹਾ ਕਿ ਆਪਾਂ ਤੇ ਕਾਂਗਰਸ ਦੇ ਨਾਲ ਹਾਂ ਕਾਂਗਰਸ ਸਪੋਰਟ ਕਰਨੀ ਹੈ ਕੱਲ ਦਿੱਲੀ ਤੋਂ ਵੀ ਕੋਈ ਆ ਰਿਹਾ ਸ਼ਾਇਦ ਆ ਰਹੇ ਕੋਈ ਸੈਕਟਰੀ ਸਾਹਿਬ ਕੀ ਹੋਇਆ ਮੀਟਿੰਗਸ ਕੀ ਗੱਲਬਾਤ ਹੋਈ ਕਾਂਗਰਸ ਪਾਰਟੀ ਇਕੱਠੀ ਹੋ ਕੇ ਪੰਜਾਬ ਦੇ ਲੋਕਾਂ ਲਈ ਕੰਮ ਕਰਨ ਜਾ ਰਹੀ ਹੈ ਸੀਐਮ ਸਾਹਿਬ ਨੇ ਸਭ ਨੂੰ ਬੁਲਾਇਆ ਕੱਲ ਸਵੇਰੇ ਆਪਾਂ ਇਕੱਠੇ ਹੋ ਕੇ ਕਾਂਗਰਸ ਭਵਨ ਆਪਣਾ ਪੰਜਾਬ ਭਵਨ ਇਕੱਠੇ ਹੋਵਾਂਗੇ ਉੱਥੋਂ ਸਾਰੇ ਜਾਣੇ ਫਿਰ ਕਾਂਗਰਸ ਭਵਨ ਚੱਲਾਂਗੇ ਕੱਲ ਦਾ ਪ੍ਰੋਗਰਾਮ ਕੀ ਰਹੇ ਪਹਿਲਾਂ ਸਭ ਤੋਂ ਪਹਿਲਾਂ ਪੰਜਾਬ ਭਵਨ ਇਕੱਠੇ ਹੋਣਾ ਹੈਗਾ ਉੱਥੇ ਸਾਰੇ ਜਾਣੇ ਆ ਰਹੇ ਸਾਰੇ ਐਮਐਲਏ ਐਕਸ ਐਮਐਲਏ ਆ ਰਹੇ ਨੇ ਫਿਰ ਸਾਰੇ ਜਾਣੇ ਉੱਥੇ ਚੱਲ ਕੇ ਨਵੇਂ ਪ੍ਰਧਾਨ ਸਿੱਧੂ ਸਾਹਿਬ ਨੂੰ ਮੁਬਾਰਕ ਦੇਵਾਂਗੇ ਉਹਨਾਂ ਲਈ ਸਪੋਰਟ ਰੱਖਾਂਗੇ ਸਾਰੇ ਪਾਰਟੀ ਦੇ ਨਾਲ ਨੇ ਜਿਹੜੀ ਨਾਰਾਜ਼ਗੀ ਸੀ ਜਾਂ ਮਨਮੁਟਾਵ ਸੀਗਾ ਕੈਪਟਨ ਅਮਰਿੰਦਰ ਸਿੰਘ ਦਾ ਤੇ ਨਵਜੋਤ ਸਿੰਘ ਸੀ ਦਾ ਉਹਦੇ ਉੱਤੇ ਕੋਈ ਚਰਚਾ ਹੋਈ ਉਹ ਖਤਮ ਹੋਇਆ ਪੰਜਾਬ ਦੇ ਲੋਕਾਂ ਦੀ ਬਿਹਤਰੀ ਪੰਜਾਬ ਦੇ ਕਾਂਗਰਸ ਦੇ ਵਰਕਰਾਂ ਦੀ ਇੱਛਾ ਉਹ ਸਾਡੇ ਸਾਰੇ ਦੇ ਉੱਪਰ ਹੈ ਸੀਐਮ ਸਾਹਿਬ ਨੇ ਬਹੁਤ ਵੱਡਾ ਦਿਲ ਰੱਖ ਕੇ ਕਿਹਾ ਕਿ ਆਪਾਂ ਤਾਂ ਕਾਂਗਰਸ ਦੇ ਨਾਲ ਹਾਂ ਕਾਂਗਰਸ ਸਪੋਰਟ ਕਰਨੀ ਹੈ ਜਿਹਨੂੰ ਸੋਨੀਆ ਗਾਂਧੀ ਜੀ ਨੇ ਪ੍ਰਧਾਨ ਬਣਾਇਆ ਸਾਰੇ ਅਸੀਂ ਉਹਦੇ ਨਾਲ ਸਪੋਰਟ ਕਰਾਂਗੇ ਕੱਲ੍ਹ ਦਿੱਲੀ ਤੋਂ ਵੀ ਕੋਈ ਆ ਰਿਹਾ ਸ਼ਾਇਦ ਆ ਰਹੇ ਕੁਛ ਨਾ ਕੁਛ ਹੁਣ ਤੱਕ ਕੋਈ ਚਰਚਾ ਆ ਰਹੀ ਹੋਈ ਕੌਣ ਆ ਰਿਹਾ ਸੋਨੀਆ ਗਾਂਧੀ ਰਾਹੁਲ ਗਾਂਧੀ ਪ੍ਰਿਯੰਕਾ ਗਾਂਧੀ ਕੋਈ ਅਜੇ ਨਹੀਂ ਪਤਾ ਚੱਲਿਆ ਆ ਜ਼ਰੂਰ ਹੈ ਕੋਈ ਵੱਡਾ ਨਾਮ ਹੁੰਦਾ ਇਹ ਸੀਗੇ ਸੇਖੜੀ ਜੀ ਜਿਨ੍ਹਾਂ ਨੇ ਦੱਸਿਆ ਵੀ ਕੱਲ੍ਹ ਸਾਰੇ ਪਹਿਲਾਂ 10 ਵਜੇ ਪੰਜਾਬ ਭਵਨ ਇਕੱਠੇ ਹੋਣਗੇ ਉੱਥੇ ਚਾਹ ਪਾਣੀ ਸਾਰਿਆਂ ਵਾਸਤੇ ਹੋਊਗਾ ਉੱਥੋਂ ਸਾਰੇ ਅੱਗੇ ਕਾਂਗਰਸ ਭਵਨ ਜਾਣਗੇ ਸੈਕਟਰ 15 ਵਿੱਚ ਜਿੱਥੇ ਸਹੁੰ ਚੁੱਕ ਸਮਾਰੋਹ ਹੋਊਗਾ ਨਵਜੋਤ ਸਿੰਘ ਸਿੱਧੂ ਦਾ ਜੋ ਕਿ ਨਵੇਂ ਪ੍ਰਧਾਨ ਬਣਿਆ ਕਾਂਗਰਸ ਦੇ ਅਤੇ 4 ਕਾਰਜਕਾਰੀ ਪ੍ਰਧਾਨ ਜਿਨ੍ਹਾਂ 'ਚ ਸੰਗਤ ਸਿੰਘ ਗਿੱਲ ਜੀ ਆ ਕੁਲਜੀਤ ਨਾਗਰਾ ਪਵਨ ਗੋਇਲ ਫਰੀਦਕੋਟ ਤੋਂ ਅਤੇ ਡੈਣੀ ਸੁਖਿੰਦਰ ਸਿੰਘ ਡੈਣੀ ਸੀਗੇ ਜਿਹੜੇ ਉਹ ਵੀ ਹੈਗੇ ਆ ਤਾਂ 4 ਦਾ ਉੱਥੇ ਹੋਊਗਾ ਅਤੇ ਫਿਲਹਾਲ ਵਾਸਤੇ ਤਾਂ ਇਹ ਕਿਹਾ ਵੀ ਪਹਿਲਾਂ ਜੋ ਅਟਕਲਾਂ ਲਾਈਆਂ ਜਾ ਰਹੀਆਂ ਸੀ ਵੀ ਸੀਐਮ ਨਹੀਂ ਪਹੁੰਚਣਗੇ ਹੁਣ ਉੱਥੇ ਮੋਹਰ ਲੱਗ ਗਈ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਸਹੁੰ ਚੁੱਕ ਸਮਾਰੋਹ ਜਾਣਗੇ ਪਰ ਨਾਰਾਜ਼ਗੀ ਖਤਮ ਹੋਈ ਹੈ ਕਿ ਨਹੀਂ ਹੋਈ ਉਹ ਆਉਣ ਵਾਲਾ ਕੱਲ੍ਹ ਦਾ ਦਿਨ ਹੀ ਦੱਸੋ